ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਭਾਵੇਂ 8 ਸੀਟਾਂ ਲੈ ਕੇ ਜਾਣ ਵਿੱਚ ਸਫਲ ਰਹੀ ਹੈ ਅਤੇ ਇਸ ਦੇ ਨਾਲ ਹੀ ਇੱਕ ਵਾਰੀ ਫਿਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚੋਂ ਸ਼ਕਤੀਸ਼ਾਲੀ ਨੇਤਾ ਬਣ ਕੇ ਉੱਭਰੇ ਹਨ। ਪਰ ਇਸ ਦੇ ਬਾਵਜੂਦ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਉੱਪਰ ਦਿੱਤੇ ਬਿਆਨ ਨੇ ਪੰਜਾਬ ਦਾ ਰਾਜਨੀਤਿਕ ਮਾਹੌਲ ਗਰਮਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਜਿਸ ਵਿੱਚ ਉਹਨਾਂ ਨੇ ਨਵਜੋਤ ਸਿੱਧੂ 'ਤੇ ਇਲਜ਼ਾਮ ਲਗਾਉਂਦੇ ਕਿਹਾ ਹੈ ਕਿ ਬਠਿੰਡਾ ਸੀਟ ਤੋਂ ਨਵਜੋਤ ਸਿੰਘ ਸਿੱਧੂ ਦੇ ਬਿਆਨ ਕਰਕੇ ਹਾਰੇ ਹਨ ਦਾ ਜਵਾਬ ਦਿੰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਨਵਜੋਤ ਸਿੱਧੂ ਕਾਰਨ ਹੀ ਬਠਿੰਡਾ ਸੀਟ ਥੋੜ੍ਹੀਆਂ ਵੋਟਾਂ ਨਾਲ ਹਾਰੀ ਹੈ, ਨਹੀਂ ਤਾਂ ਰਾਜਾ ਵੜਿੰਗ ਉੱਥੋਂ 1.5 ਤੋਂ 2 ਲੱਖ ਵੋਟਾਂ ਨਾਲ ਹਾਰ ਰਿਹਾ ਸੀ। ਇਸ ਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਸਾਧੂ ਸਿੰਘ ਧਰਮਸੋਤ ਦੇ ਬਿਆਨ ਦਾ ਵੀ ਜਵਾਬ ਦਿੰਦਿਆਂ ਕਿਹਾ ਕਿ ਉਹ ਆਪਣੇ ਕੰਮ ਦੁਬਾਰੇ ਦੱਸੇ ਜਿਹੜਾ ਕਿ ਉਹ ਨਾਭੇ ਦੇ ਵਿੱਚ ਕਰ ਰਿਹਾ ਹੈ। ਨਵਜੋਤ ਕੌਰ ਸਿੱਧੂ ਦੇ ਇਸ ਬਿਆਨ ਦਾ ਪੂਰਾ ਵੀਡੀਓ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਕੇ ਦੇਖ ਸਕਦੇ ਹੋ। ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਿਓ ਅਤੇ ਨਾਲ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਸਾਡੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ। ਦੇਖੋ, ਜੋ ਲੋਕਾਂ ਦਾ ਮਾਹੌਲ ਦੇਖ ਕੇ ਔਰ ਜੋ ਰਿਸਪੌਂਸ ਦੇਖ ਕੇ ਤੋ ਕਹੀਂ ਵੀ ਲੱਗ ਰਿਹਾ ਥਾ ਕਿ ਕਲੋਜ਼ ਫਿਨਿਸ਼ ਹੋਗੀ ਤੋ ਪਰ ਐਕਚੁਲੀ ਗਰਾਊਂਡ ਲੈਵਲ ਪੇ ਜੋ ਵੀ ਹੁਆ ਹੈ ਤੋ ਤੁਮ ਉਸਕੇ ਬਾਰੇ ਮੇਂ ਕਮੈਂਟ ਨਹੀਂ ਕਰ ਸਕਤੇ ਕਿਉਂਕਿ ਇਸ ਮੌਕੇ ਮੇਂ ਤੋ ਤੁਮ ਬਧਾਈ ਦੇ ਸਕਤੇ ਹੋ ਉਨਕੋ ਕਿਉਂਕਿ ਇਤਨੀ ਮੈਜੋਰਿਟੀ ਸੇ ਜੋ ਜੀਤ ਹੋਈ ਹੈ ਤੋ ਉਸਮੇਂ ਤੁਮ ਇਸਮੇਂ ਸੇ ਉਨਕਾ ਜੀਤ ਕਾ ਸਹਿਰਾ ਜੋ ਹੈ ਵੋ ਮੈਂ ਨਹੀਂ ਸਮਝਤੀ ਕਿ ਉਸਕੋ ਮੈਂ ਸਪੋਇਲ ਕਰਨਾ ਚਾਹਤੀ ਹੂੰ ਤੋ ਕੰਗ੍ਰੈਚੁਲੇਸ਼ਨਸ ਟੂ ਆਲ ਦੋਜ਼ ਜਿਨ੍ਹਾਂ ਨੇ ਮਿਹਨਤ ਕੀ ਔਰ ਆਪਣਾ ਆਪਣਾ ਏਰੀਆ ਕੋ ਜਿਤਾਇਆ। ਮੈਮ, ਸਿੱਧੂ ਸਾਹਿਬ ਔਰ ਕੈਪਟਨ ਸਾਹਿਬ ਦੇ ਵਿੱਚ ਵਿੱਚ ਸ਼ਬਦੀ ਵਾਰ ਚੱਲਦਾ ਹੈ। ਕੈਪਟਨ ਸਾਹਿਬ ਨੇ ਬਿਆਨ ਦਿਆ ਹੈ ਕਿ ਬਠਿੰਡਾ ਦੀ ਸੀਟ ਨਵਜੋਤ ਸਿੰਘ ਸਿੱਧੂ ਦੀ ਵਜ੍ਹਾ ਸੇ ਹਾਰੀ ਗਈ। ਦੇਖੋ, ਉਹ ਗਰਾਊਂਡ ਲੈਵਲ ਪੇ ਸਬਕਾ ਪਤਾ ਚੱਲ ਜਾਏਗਾ। ਉਹ ਤਾਂ 1.5-2 ਲੱਖ ਪੇ ਹਾਰੀ ਹੋਈ ਥੀ ਜੋ 20,000 ਕਾ ਜੋ ਫਰਕ ਆਇਆ ਹੈ ਵੋ ਇਸ ਲਈ ਆਇਆ ਹੈ ਕਿ ਸਿੱਧੂ ਸਾਹਿਬ ਗਏ ਔਰ ਵੋ ਰੈਲੀਜ਼ ਕਾ ਰਿਕਾਰਡ ਕਿਉਂਕਿ ਦੇਖੋ ਹਰ ਚੀਜ਼ ਰਿਕਾਰਡ ਮੇਂ ਹੋਤੀ ਹੈ ਉਸਕੋ ਐਸੇ ਬੋਲਨੇ ਸੇ ਕੋਈ ਫਾਇਦਾ ਨਹੀਂ ਹੋਤਾ। ਜੋ ਰਿਸਪੌਂਸ ਸਿੱਧੂ ਸਾਹਿਬ ਕੇ ਜਾਣੇ ਸੇ ਪਹਿਲੇ ਥਾ ਔਰ ਵੋ ਜੋ ਹੈ ਵੋ ਹਾਈਕਮਾਂਡ ਕੋ ਵੀ ਪਤਾ ਥਾ ਔਰ ਦਿੱਲੀ ਸੇ ਸਪੈਸ਼ਲ ਉਨਕੋ ਲਿਜਾਇਆ ਗਿਆ ਕਿ ਵੋ ਸੀਟ ਬੁਰੀ ਤਰ੍ਹਾਂ ਹਾਰ ਰਹੀ ਹੈ। ਆਪ ਵੋ ਉਨਕਾ ਆਪਣਾ ਪਾਰਟੀ ਕਾ ਜੋ ਆਲ ਇੰਡੀਆ ਲੈਵਲ ਕਾ ਹੈ ਵੋ ਉਨਕਾ ਸਰਵੇ ਬੋਲ ਰਿਹਾ ਥਾ ਕਿ ਇਹ ਬੁਰੀ ਤਰ੍ਹਾਂ ਸੇ ਹਾਰੀ ਹੋਈ ਸੀਟ ਹੈ, ਸਿਰਫ ਨਵਜੋਤ ਕੇ ਜਾਣੇ ਸੇ ਸ਼ਾਇਦ ਜਿੱਤ ਸਕਤੀ ਹੈ। ਤੋ ਉਹਨੇ ਕਿਸੀ ਕੋ ਵੀ ਕਮੈਂਟ ਨਹੀਂ ਕਿਹਾ। ਮੁਝੇ ਸਮਝ ਨਹੀਂ ਆ ਰਹੀ ਕਿ ਲੋਕੋਂ ਕੋ ਮਿਰਚੇ ਕਿਉਂ ਲੜ ਰਹੀ ਹੈ। ਕਮੈਂਟ ਸਿਰਫ ਇਤਨਾ ਸਾ ਥਾ ਕਿ ਜੋ ਲੋਕ ਪਾਰਟੀ ਮੇਂ ਰਹਿ ਕੇ ਦੂਸਰੀ ਪਾਰਟੀਜ਼ ਕੋ ਸਪੋਰਟ ਕਰਤੇ ਹੈ ਵੋ ਸਾਵਧਾਨ ਹੋ ਜਾਏ, ਏਕ ਸਾਈਡਡ ਚਲੋ, ਆਪਣੇ ਪਾਰਟੀ ਕੇ ਲੀਏ ਸਿੰਸੀਅਰ ਹੋਣਾ ਚਾਹੀਏ। ਆਪਣੀ ਪਾਰਟੀ ਮੇਂ ਰਹਿ ਕੇ ਜੋ ਅਕਾਲੀ ਦਲ ਕੋ ਸਪੋਰਟ ਕਰਤੇ ਹੈ ਉਨਕੋ ਕਾਂਗਰਸ ਪਾਰਟੀ ਕੀ ਕੋਈ ਸਪੋਰਟ ਨਹੀਂ ਹੈ। ਤੋ ਮੁਝੇ ਸਮਝ ਨਹੀਂ ਆਇਆ ਇਸਮੇਂ ਕਿਆ ਗਲਤ ਬਾਤ ਹੋ ਗਈ। ਪੰਜਾਬ ਦੀ ਸਾਰੀ ਕੈਬਨਿਟ ਨੇ ਨਵਜੋਤ ਸਿੰਘ ਸਿੱਧੂ ਕੇ ਖਿਲਾਫ ਖੜੀ ਹੋ ਚੁੱਕੀ ਹੈ, ਉਸਕੇ ਬਾਰੇ ਜੀ ਨਹੀਂ, ਬਹੁਤ ਸਾਰੇ MLAs ਔਰ ਬਹੁਤ ਸਾਰੇ ਮਿਨਿਸਟਰਸ ਸਾਥ ਹੈ। ਇਸਮੇਂ ਇਹ ਕੋਈ ਵੋ ਨਹੀਂ ਹੋਤਾ ਕਿ ਤੁਮ ਕਿਸਕੇ ਸਾਥ ਹੋ, ਇੱਕ ਰੂਲਿੰਗ ਤੁਮਹਾਰੇ CM ਹੋਤੇ ਹੈ ਔਰ ਇੱਕ ਪ੍ਰੈਰੋਗੇਟਿਵ ਹੋਤਾ ਸਾਰੇ ਮਿਨਿਸਟਰਸ ਕਾ ਕਿ ਯੈਸ ਮੈਨਸ ਤੋ ਉਨਕੋ ਬਨਨਾ ਹੋਤਾ ਹੈ, ਪਰ ਕਹੀਂ ਨਾ ਕਹੀਂ ਗਰਾਊਂਡ ਰਿਐਲਿਟੀ ਕੋ ਜਬ ਪਲੇਸ ਕਰੇਂਗੇ ਕਿਉਂਕਿ ਕਹੀਂ ਨਾ ਕਹੀਂ ਇਹ ਬਾਤ ਕੀ ਜਾ ਰਹੀ ਹੈ ਕਿ ਲੋਕਲ ਬਾਡੀਜ਼ ਕੋ 6.5 ਨੰਬਰ ਮਿਲੇ ਥੇ ਜਬ ਟਾਈਮਸ ਆਫ ਇੰਡੀਆ ਨੇ ਆਈ ਥਿੰਕ ਸ਼ਾਇਦ ਕੋਈ ਈਅਰ ਕਾ ਸਰਵੇ ਕਰਾਇਆ ਥਾ ਔਰ ਵੋ CM ਸੇ ਵੀ ਜ਼ਿਆਦਾ ਥੇ ਔਰ ਲੋਕਲ ਬਾਡੀਜ਼ ਕੇ ਪਾਸ ਫੈਕਟਸ ਐਂਡ ਫਿਗਰਸ ਹੈ ਕਿ ਲੋਕਲ ਬਾਡੀਜ਼ ਨੇ ਹਰ ਡਿਸਟ੍ਰਿਕਟ ਔਰ ਕਮੇਟੀ ਕੋ ਕਿਤਨੇ ਪੈਸੇ ਭੇਜੇ। ਨਵਜੋਤ ਸਿੰਘ ਸਿੱਧੂ ਨੇ ਇਲੈਕਸ਼ਨ ਸੇ ਪਹਿਲੇ ਕਹਾ ਥਾ ਕਿ ਅਗਰ ਜੋ ਰਿਜ਼ਲਟ ਹੈ ਉਨਕੇ ਹਿਸਾਬ ਸੇ ਨਹੀਂ ਆਤਾ ਤੋ ਵੋ ਰਾਜਨੀਤੀ ਛੋੜ ਦੇਣਗੇ। ਨਹੀਂ, ਮੁਝੇ ਨਹੀਂ ਲੱਗਤਾ ਇਹ ਵਾਲਾ ਉਨਕਾ ਕਮੈਂਟ ਥਾ ਕਿ ਉਨਕੇ ਹਿਸਾਬ ਸੇ ਨਹੀਂ ਆਤਾ, ਉਨ੍ਹਾਂ ਨੇ ਕਹੀਂ ਵੀ ਇਹ ਨਹੀਂ ਕਹਾ ਔਰ ਅਗਰ ਉਨ੍ਹਾਂ ਨੇ ਕਹਾ ਹੈ ਤੋ ਉਸਕਾ ਜਵਾਬ ਵੋ ਖੁਦ ਹੀ ਦੇਂਗੇ। ਮੈਮ, ਕੱਲ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕੀ, ਉਨ੍ਹਾਂ ਨੇ ਕਹਾ ਹੈ ਕਿ ਸਿੱਧੂ ਨੇ ਪੰਜਾਬ ਸਹਿਤ ਕਈ ਜਗ੍ਹਾ 'ਤੇ ਪਾਰਟੀ ਕੋ ਨੁਕਸਾਨ ਪਹੁੰਚਾਇਆ, ਜਾਂ ਤੋ ਪੰਜਾਬ ਮੇਂ ਸਿੱਧੂ ਰਹੇਗਾ ਜਾਂ ਫਿਰ ਵਹਿ ਰਹੇਗੇ ਔਰ ਅਗਰ ਜ਼ਰੂਰੀ ਹੈ ਤਾਂ ਸਿੱਧੂ ਕੋ ਦਿੱਲੀ ਕੀ ਸਾਰੀ ਕਮਾਨ ਦੇ ਦੇ। ਦੇਖੋ, ਵੋ ਉਨਕੀ ਪਰਸਨਲ ਓਪੀਨੀਅਨ ਹੈ ਔਰ ਵੋ ਪਾਰਟੀ ਹਾਈਕਮਾਂਡ ਕੋ ਡਿਸਾਈਡ ਕਰਨਾ ਹੈ। ਨਵਜੋਤ ਸਿੱਧੂ ਨੇ ਹਮੇਸ਼ਾ ਪੰਜਾਬ ਕੇ ਲੀਏ ਕਾਮ ਕੀਆ ਹੈ, ਪੰਜਾਬ ਕੇ ਲੀਏ ਹੀ ਕਾਮ ਕਰੇਗਾ ਔਰ ਕਰਤਾ ਰਹੇਗਾ ਔਰ ਪਾਰਟੀ ਹਾਈਕਮਾਂਡ ਉਸਕੋ ਜੋ ਕਹੇਗੀ ਵੋ ਹੀ ਕਰੇਗਾ ਔਰ ਪਾਰਟੀ ਕੇ ਹਿੱਤ ਮੇਂ ਕਰੇਗਾ ਔਰ ਉਨ ਲੋਕੋਂ ਕਾ ਸਾਥ ਕਭੀ ਨਹੀਂ ਦੇਗਾ ਜੋ ਐਂਟੀ ਪਾਰਟੀ ਐਕਟੀਵਿਟੀਜ਼ ਕਰਤੇ ਹੈ ਔਰ ਪੰਜਾਬ ਕੇ ਲੋਕੋਂ ਕੇ ਲੀਏ ਖੜੇ ਹੈ, ਉਨਕੀ ਆਵਾਜ਼ ਬਨਾ ਹੈ ਔਰ ਜਹਾਂ ਕਈ ਗਲਤ ਹੋਗਾ ਉਸਕੀ ਆਵਾਜ਼ ਉਠਾਏਂਗੇ ਉਸਕੇ ਲੀਏ ਕਿਸੀ ਕੋ ਬੁਰਾ ਲਗੇ ਚਾਹੇ ਕੋਈ ਮੰਤਰੀ ਹੋ, ਚਾਹੇ ਕੋਈ MLA ਹੋ, ਚਾਹੇ ਕੋਈ ਆਫਿਸ਼ੀਅਲ ਹੋ, ਉਸਕਾ ਬੁਰਾ ਲਗੇ ਤੋ ਨਾ ਕਭੀ ਗੁਰੇਜ਼ ਕੀਆ ਹੈ ਨਾ ਕਰੇਂਗੇ। ਧਰਮਸੋਟ ਕੋ ਬੜੀ ਤਕਲੀਫ ਹੋ ਰਹੀ ਥੀ ਨਾਭੇ ਮੇਂ, ਉਸਕੋ ਪੂਛੋ ਕਿ ਉਸਕੇ ਜੋ ਕਾਮ ਕੀਏ ਹੋਏ ਹੈ, ਬੜਾ ਬੋਲ ਰਿਹਾ ਥਾ ਨਾ ਕਿ ਮੰਤਰੀ ਕਾ ਵੋ ਕਿਤਨਾ ਪੈਸਾ ਵਹਾਂ ਪੇ ਗਿਆ ਔਰ ਕਿਤਨਾ ਕਾਮ ਉਸਨੇ ਕਰਾਇਆ ਪੂਰੀ ਕਾਂਗਰਸ ਨਾਭੇ ਕੀ। ਅਗਰ ਰਣਦੀਪ ਵਹਾਂ ਪੇ ਨਾ ਜਾਤਾ ਨਾ ਤੋ ਵਹਾਂ ਪੇ ਹਾਲ ਦੇਖ ਲੇਤੇ ਨਾਭਾ ਮੇਂ ਕਿਆ ਹੋਤਾ। ਪੂਰੀ ਨਾਭਾ ਕੀ ਕਾਂਗਰਸ ਨੇ ਧਰਮਵੀਰ ਗਾਂਧੀ ਕੋ ਸਪੋਰਟ ਕਹਿ ਦੀ ਥੀ ਕਿ 2 ਦਿਨ ਪਹਿਲੇ ਕਿ ਹਮ ਸਪੋਰਟ ਉਸਕੋ ਕਰੇਂਗੇ ਕਿਉਂਕਿ ਹਮ ਇਸ ਮੰਤਰੀ ਸੇ
बुरी तरह खफा हैं। नाभे की कॉरपोरेशन में या कमेटी में एक बंदा भी काम करना नहीं चाहता। वहाँ पे जिस बंदे की पोस्टिंग करो वो वापस आ जाता है रोते रोते कि धर्मसोट की इतनी गंदी इंटरफेरेंस है वहाँ पे। और मैं आपको पहले ही कह रही हूँ कि हर जगह जहाँ पे जितने पैसे दिए हैं उसका हिसाब चले जाएगा। जो ईमानदार लीडर हैं जिन्होंने काम किया, अब आपने देखा अमृतसर के सारे MLAs को पैसे गए, उन्होंने पैसे लगाए, सारे जीते। तो ये तो नेचुरल सी बात है कि अगर MLA इंटरेस्टेड है और उसके साथ उसके बंदे इंटरेस्टेड हैं और वो ग्राउंड लेवल पे काम करता है, तो चाहे हिंदुस्तान में मोदी वेव थी पर अमृतसर साहब में, जबकि यहाँ पे कैंडिडेट भी बहुत स्ट्रांग थे। मैं हरदीप पुरी को कभी भी लाइक कैंडिडेट नहीं मानती थी, और एक पढ़ा लिखा बहुत ही निहायती शरीफ ईमानदार इंसान और एक यूनियन मिनिस्टर रह चुका हो, वो कोई वीक कैंडिडेट नहीं था। पर क्योंकि यहाँ के MLAs ने, लोकल MLAs ने जो पैसे आए उनको प्रॉपरली स्पेंड किया, लोगों के काम किए, लोग उस पर वोट डालते हैं।